This program is brought to you by Crown Immigration. Family sponsorships and appeals vaste ikko parose jogna chete rakho. The SBM ayurproducts.com. Feel the divine touch. ਹੈਲੋ ਨਮਸਕਾਰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਚੈਨਲ ਪੰਜਾਬੀ ਜਿਹੜੇ ਕੈਨੇਡਾ 'ਚ ਲੋਕ ਵੇਖ ਰਹੇ ਨੇ ਔਰ ਗਲੋਬਲ ਪੰਜਾਬ ਜਿਹੜੇ ਯੂ ਐੱਸ 'ਚ ਬੈਠੇ ਲੋਕ ਵੇਖ ਰਹੇ ਨੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਤੇਜਵੀਰ ਸਿੰਘ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਜਾਣਦੇ ਅੱਜ ਕਿਸ ਅਹਿਮ ਵਿਸ਼ੇ ਦੇ ਉੱਤੇ ਸਾਡੀ ਗੱਲਬਾਤ ਹੋਏਗੀ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਹੋਣ ਜਾ ਰਹੀ ਹੈ ਮੁਲਕ ਭਰ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਇਸ ਵਕਤ ਪੂਰੀ ਗਹਿਮਾ ਗਹਿਮੀ ਵਾਲਾ ਹੈ ਇਸ ਵੇਲੇ ਜਿਹੜੀ ਮੁਹਿੰਮ ਹੈ ਜਿਹੜੀ ਚੋਣਾਂ ਦੀ ਪੂਰੀ ਪੱਕ ਚੁੱਕੀ ਹੈ ਆਉਣ ਵਾਲੀ 19 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਪ੍ਰਚਾਰ ਜਿਹੜਾ ਉਹ ਇਸ ਵੇਲੇ ਪੂਰਾ ਸਿਰ ਚੜ ਕੇ ਬੋਲ ਰਿਹਾ ਹੈ ਬਹੁਤ ਸਾਰੇ ਹਲਕਿਆਂ ਜਿੱਥੇ ਸਾਡੇ ਪੰਜਾਬੀਆਂ ਦੀ ਸੰਘਣੀ ਵਸੋਂ ਹੈ ਉੱਥੇ ਵੇਖਣ 'ਚ ਆ ਰਿਹਾ ਕਿ ਜਿਹੜੀਆਂ ਤਿੰਨੇ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰ ਪੰਜਾਬੀ ਨੇ ਪੰਜਾਬੀ ਵਰਸਸ ਪੰਜਾਬੀ ਵਰਸਸ ਪੰਜਾਬੀ ਬਹੁਤ ਜਗ੍ਹਾ 'ਤੇ ਦੇਖਣ ਨੂੰ ਮਿਲ ਰਹੇ ਨੇ ਸਾਡੀ ਜਿਹੜੀ ਆਪਣੀ ਕਮਿਊਨਿਟੀ ਹੈ ਪੰਜਾਬੀ ਕਮਿਊਨਿਟੀ ਉਹ ਇਸ ਵਕਤ ਬੜੀ ਜ਼ੋਰ ਸ਼ੋਰ ਦੇ ਨਾਲ ਇਸ ਜਿਹੜੀ ਇਲੈਕਸ਼ਨ ਕੰਪੇਨ ਹੈ ਜਾਂ ਚੋਣ ਮੁਹਿੰਮ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਬੜਾ ਜ਼ੋਰ ਦੇ ਨਾਲ ਜ਼ੋਰ ਸ਼ੋਰ ਦੇ ਨਾਲ ਇਸ ਇਲੈਕਸ਼ਨ ਮੁਹਿੰਮ ਦੇ ਵਿੱਚ ਹਿੱਸਾ ਲੈ ਰਿਹਾ ਗਿਆ ਬਹੁਤ ਸਾਰੇ ਜਗ੍ਹਾ ਦੇ ਉੱਤੇ ਚੋਣ ਪ੍ਰਚਾਰ ਜਿਹੜਾ ਉਹ ਇਸ ਵੇਲੇ ਪੱਕ ਚੁੱਕਿਆ ਪਰ ਇਸ ਚੋਣ ਪ੍ਰਚਾਰ ਦੇ ਚੱਲਦੇ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਇੱਕ ਨਵੀਂ ਖਬਰ ਜਿਹੜੀ ਸੁਣਨ ਨੂੰ ਸਾਹਮਣੇ ਆਈ ਹੈ ਓਨਟਾਰੀਓ ਦਾ ਜਿਹੜਾ ਇੱਕ ਹਲਕਾ ਹੈ ਜੀ ਮਿਸੀਸਾਗਾ ਮਾਲਟਨ ਟੋਰਾਂਟੋ ਦੇ ਇਲਾਕੇ ਦਾ ਮਿਸੀਸਾਗਾ ਮਾਲਟਨ ਹਲਕਾ ਜਿੱਥੋਂ ਸਾਡੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸਨ ਜਗਦੀਸ਼ ਗਰੇਵਾਲ ਔਰ ਉਹਨਾਂ ਦਾ ਬੀਤੇ ਬੜੇ ਲੰਬੇ ਸਮੇਂ ਦਾ ਲਗਭਗ 2 ਦਹਾਕਿਆਂ ਦਾ ਪੱਤਰਕਾਰੀ ਦਾ ਤਜ਼ਰਬਾ ਹੈ ਉਹਨਾਂ ਨੇ ਆਪਣਾ ਇੱਥੇ ਪੰਜਾਬੀ ਪੋਸਟ ਨਿਊਜ਼ਪੇਪਰ ਚਲਾਇਆ ਔਰ ਰੇਡੀਓ ਹੋਸਟ ਰਹੇ ਨੇ ਕਮਿਊਨਿਟੀ 'ਚ ਬਹੁਤ ਸਾਰੇ ਕੰਮ ਕੀਤੇ ਨੇ ਕੰਜ਼ਰਵੇਟਿਵ ਪਾਰਟੀ ਇਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਔਰ ਮਿਸੀਸਾਗਾ ਮਾਲਟਨ ਤੋਂ ਆਪਣਾ ਅਫੀਸ਼ੀਅਲ ਕੈਂਡੀਡੇਟ ਬਣ ਕੇ ਉਹਨਾਂ ਨੇ ਪਹਿਲਾਂ ਜਿਹੜੀ ਨੋਮੀਨੇਸ਼ਨ ਜਿੱਤੀ ਉਸ ਤੋਂ ਬਾਅਦ ਅਫੀਸ਼ੀਅਲ ਕੈਂਡੀਡੇਟ ਬਣ ਕੇ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਹਜੇ ਥੋੜ੍ਹੇ ਦਿਨ ਬਾਕੀ ਸਨ ਕਿ ਬੀਤੇ ਮੰਗਲਵਾਰ ਇਹ ਖਬਰ ਆਈ ਹੈ ਜੀ ਕਿ ਪਾਰਟੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਜਗਦੀਸ਼ ਗਰੇਵਾਲ ਇਸ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਨਹੀਂ ਹੋਣਗੇ ਕੀ ਕਾਰਨ ਸਨ ਇਹਨਾਂ ਪਿੱਛੇ ਜਦੋਂ ਇਹਦੇ ਬਾਰੇ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਬੀਤੀ ਮਾਰਚ 2015 ਵਿੱਚ ਇਹਨਾਂ ਨੇ ਅਖਬਾਰ ਦੇ ਵਿੱਚ ਕੋਈ ਆਰਟੀਕਲ ਇਹੋ ਜਿਹਾ ਲਿਖਿਆ ਸੀ ਜਿਹਦੇ ਕਾਰਨ ਸ਼ਾਇਦ ਪਾਰਟੀ ਨੇ ਆਪਣਾ ਪਹਿਲਾਂ ਦਿੱਤਾ ਹੋਇਆ ਫੈਸਲਾ ਵਾਪਸ ਲਿਆ ਔਰ ਜਗਦੀਸ਼ ਗਰੇਵਾਲ ਇਸ ਵਕਤ ਜਿਹੜੀ ਹੈਰਾਨੀ ਵਾਲੀ ਖਬਰ ਇਹ ਹੈ ਜੀ ਕਿ ਜਗਦੀਸ਼ ਗਰੇਵਾਲ ਫਿਰ ਵੀ ਇਸ ਵਕਤ ਇਲੈਕਸ਼ਨ ਜਿਹੜੀ ਆ ਉਹ ਰਨ ਕਰ ਰਹੇ ਨੇ ਕੰਪੇਨ ਆਪਣੀ ਰਨ ਕਰ ਰਹੇ ਨੇ ਚੋਣ ਮੈਦਾਨ 'ਚ ਹੋਣਗੇ ਵੋਟਾਂ ਵੀ ਪੈਣਗੀਆਂ ਇਹ ਕਿਵੇਂ ਸਾਰੀ ਸਥਿਤੀਆਂ ਜਿਹੜੀਆਂ ਨੇ ਉਹ ਲੋਕ ਬੜੇ ਕਨਫਿਊਜ਼ ਨੇ ਕਿ ਕਿਵੇਂ ਵੋਟਾਂ ਪੈਣਗੀਆਂ ਕਿਵੇਂ ਜਗਦੀਸ਼ ਗਰੇਵਾਲ ਇਸ ਜਿਹੜੇ ਜਿਹੜਾ ਚੋਣ ਮੁਹਿੰਮ ਹੈ ਉਹਦੇ 'ਚ ਰਨ ਕਰਨਗੇ ਇਹਦੇ ਸਾਰੇ ਬਾਰੇ ਡਿਟੇਲ 'ਚ ਗੱਲਬਾਤ ਕਰਨ ਵਾਸਤੇ ਔਰ ਖਾਸ ਤੌਰ ਦੇ ਉੱਤੇ ਜਿਹੜਾ ਇਹ ਆਰਟੀਕਲ ਲਿਖਿਆ ਗਿਆ ਸੀ ਮਾਰਚ 2015 'ਚ ਕੀ ਇਹ ਕੰਟਰੋਵਰਸ਼ੀਅਲ ਸੀ ਉਹਦੇ ਵਿੱਚ ਜਿਹਦੇ ਕਰਕੇ ਪਾਰਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਇਹਦੇ ਬਾਰੇ ਬੜੀ ਡਿਟੇਲ 'ਚ ਗੱਲਬਾਤ ਕਰਨ ਵਾਸਤੇ ਜਗਦੀਸ਼ ਗਰੇਵਾਲ ਸਾਡੇ ਨਾਲ ਸਟੂਡੀਓ 'ਚ ਮੁਖਾਤਬ ਨੇ ਸਾਡੇ ਨਾਲ ਮੌਜੂਦ ਨੇ ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮੱਚ ਤੁਗਾ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਤੁਸੀਂ 2015 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਆਰਟੀਕਲ ਲਿਖਿਆ ਜੀ ਕਿ ਕੀ ਸਮਰੰਗੀ ਤੋਂ ਸਧਾਰਨ ਵਿਅਕਤੀ ਬਣਨਾ ਗਲਤ ਹੈ ਇਜ਼ ਇਟ ਰੋਂਗ ਫੋਰ ਅ ਹੋਮੋਸੈਕਸ਼ੂਅਲ ਟੂ ਬੀ ਨੋਰਮਲ ਪਰਸਨ ਇਹਦਾ ਤਰਜਮਾ ਅੰਗਰੇਜ਼ੀ 'ਚ ਕੀਤਾ ਗਿਆ ਜੀ ਕੀ ਸਮਝਦੇ ਹੋ ਜੀ ਕੀ ਮਾਜਰਾ ਕੀ ਹੈ ਜੀ ਮਸਲਾ ਕੀ ਹੈ ਜੀ ਸਾਰਾ ਜਿਹੜਾ ਤਰਜਮਾ ਤੁਸੀਂ ਜ਼ਿਕਰ ਕੀਤਾ ਹੈ ਕਿ ਇੰਗਲਿਸ਼ ਦੇ ਵਿੱਚ ਪੜ੍ਹਿਆ ਹੈ ਜੀ ਜਿੱਥੇ ਸ਼ਬਦ ਆਉਂਦਾ ਨੋਰਮਲ ਇਹ ਮਸਲਾ ਸਾਰਾ ਉੱਥੋਂ ਹੀ ਖੜਾ ਹੋਇਆ ਜੀ ਹਾਲਾਂਕਿ ਜੇਕਰ ਤੁਸੀਂ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਜਾਵੋ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਮੈਂ ਇਹ ਸਪਸ਼ਟ ਲਿਖਿਆ ਕਿ ਜਿਹੜਾ ਸਟਰੇਟ ਹੈ ਜਿਸ ਨੂੰ ਆਪਣੇ ਐਲ ਜੀ ਬੀ ਟੀ ਕਿਊ ਗਰੁੱਪਸ ਨੇ ਉਹਨਾਂ ਨੇ ਜਿਹੜੇ ਆਮ ਵਿਅਕਤੀ ਜਿਹੜੇ ਕਿ ਹੈਟਰੋਸੈਕਸ਼ੁਅਲ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਹੈਟਰੋਸੈਕਸ਼ੁਅਲ ਲੋਕ ਨੇ ਉਹਨਾਂ ਨੂੰ ਪੰਜਾਬੀ 'ਚ ਹਜੇ ਤੱਕ ਮੈਨੂੰ ਤਾਂ ਕੋਈ ਇੱਦਾਂ ਢੁਕਵਾਂ ਸ਼ਬਦ ਨਹੀਂ ਲੱਭਿਆ ਗਾ ਜਾਂ ਅਸੀਂ ਉਹਨਾਂ ਨੂੰ ਆਮ ਵਿਅਕਤੀ ਕਹਿ ਸਕਦੇ ਹਾਂ ਜਾਂ ਅਸੀਂ ਉਹਨਾਂ ਨੂੰ ਸਧਾਰਨ ਵਿਅਕਤੀ ਕਹਿ ਸਕਦੇ ਹਾਂ ਰਾਈਟ ਸੋ ਉਹਦੇ ਲਈ ਮੈਂ ਸਧਾਰਨ ਸ਼ਬਦ ਆ ਜਿਹੜਾ ਮੈਨੂੰ ਲੱਗਿਆ ਕਿ ਕਲੋਜ਼ੈਸਟ ਵਰਡ ਸੋ ਜਿਹੜਾ ਇਹਦਾ ਅਰਥ ਕੱਢ ਕੇ ਫਟਾਫਟ ਜਿਹੜੀ ਮੀਡੀਆ 'ਚ ਖਬਰ ਜਿਹੜੀ ਹੈ ਵਾਇਰਲ ਕੀਤੀ ਗਈ ਹੈ ਉਹ ਇਸ ਨੂੰ ਕਹਿ ਦਿੱਤਾ ਕਿ ਇਹ ਆਮ ਲੋਕ ਨੇ ਜਿਹੜੇ ਸਧਾਰਨ ਲੋਕ ਨੇ ਜੇ ਉਹਨਾਂ ਨੂੰ ਇਹ ਨੋਰਮਲ ਕਹਿ ਰਿਹਾ ਵਾ ਅਤੇ ਦੂਜਿਆਂ ਨੂੰ ਇਹ ਅਬਨੋਰਮਲ ਕਹਿ ਰਿਹਾ ਵਾ ਜੀ ਅਤੇ ਕੋਈ ਵੀ ਕਿਤੇ ਇਸ ਆਰਟੀਕਲ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਨਹੀਂ ਆਇਆ ਸੀ ਹੁਣ ਤੁਹਾਨੂੰ ਮੈਂ ਮੈਟਰ ਪੂਰਾ ਦੱਸ ਦਿੰਦਾ ਕਿ ਜ਼ਰੂਰ ਸਾਡੇ ਇੱਥੇ ਓਨਟਾਰੀਓ ਸੂਬੇ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਇੱਕ ਪਾਰਲੀਮੈਂਟ ਦੇ ਵਿੱਚ ਬਿੱਲ ਆ ਜਿਹੜਾ ਉਹ ਪੇਸ਼ ਕੀਤਾ ਗਿਆ ਬਤੌਰ ਜਰਨਲਿਸਟ ਬਤੌਰ ਐਡੀਟਰ ਆਫ ਕੈਨੇਡੀਅਨ ਪੰਜਾਬੀ ਪੋਸਟ ਡੇਲੀ ਨਿਊਜ਼ ਪੇਪਰ ਆਈ ਰੋਟ ਐਨ ਐਡੀਟੋਰੀਅਲ ਔਨ ਦੈਟ ਡੇ ਔਨ ਦੈਟ ਇਸ਼ੂ ਔਰ ਇਸ਼ੂ ਕੀ ਸੀਗਾ ਕਿ ਇੱਥੋਂ ਦੀ ਇੱਕ ਐਨ ਡੀ ਪੀ ਦੀ ਐਮ ਪੀ ਪੀ ਆ ਚੈਰਿਟੀ ਨੋਵਾ ਜੀ ਉਹਨੇ ਇੱਕ ਬਿੱਲ ਲੈ ਕੇ ਆਉਂਦਾ ਕੀ ਹੈ ਕਿ ਅਗਰ ਤੁਸੀਂ ਤੁਹਾਡੇ ਬੱਚੇ ਆ ਜਿਹੜੇ ਜੇ ਤਾਂ ਉਹ ਓਪਰੇਸ਼ਨ ਕਰਾ ਕੇ ਇਸ ਪਾਸੇ ਨੂੰ ਜਾਣਾ ਚਾਹੁੰਦੇ ਨੇ
ਤਾਂ ਉਹਦਾ ਜਿਹੜਾ ਖਰਚਾ ਉਹ ਕਵਰ ਕਰਦੀ ਹੈ। ਪਰ ਜੇ ਇਸ ਪਾਸਿਓਂ ਮੁੜ ਕੇ ਸਟੇਟ ਲਾਈਫ ਦੇ ਵਿੱਚ ਆਉਣਾ ਚਾਹੁੰਦੇ ਆ, ਉਹਦੇ 'ਚ ਰਿਪੈਰੇਟਿਵ ਥੈਰੇਪੀ ਹੈ, ਉਹਦਾ ਕਹਿਣਾ ਸੀਗਾ ਕਿ ਇਹ ਥੈਰੇਪੀ ਦੇ ਉੱਤੇ ਜਿਹੜਾ ਉਹ ਪੈਸਾ ਖਰਚਦੀ ਹੈ ਉਹ ਬੰਦ ਕਰੇ। ਇਹਦਾ ਜਿਹੜਾ ਜੇ ਕਿਸੇ ਨੇ ਆਪਣਾ ਇਸ ਤਰ੍ਹਾਂ ਕੋਈ ਸਮਝਦਾ ਕਿ ਉਸ ਨੂੰ ਇਹ ਬਿਮਾਰੀ ਹੈ, ਉਹਨੇ ਇਲਾਜ ਕਰਾਉਣਾ, ਤਾਂ ਉਹ ਪੈਸੇ ਆਪਦੀ ਜੇਬ ਦੇ ਵਿੱਚੋਂ ਖਰਚ ਜਾਂ ਪੇਰੈਂਟਸ ਆਪਦੀ ਜੇਬ ਦੇ ਵਿੱਚੋਂ ਪੈਸੇ ਖਰਚਣ, ਇਹ ਉਸਦਾ ਬਿੱਲ ਸੀਗਾ। ਗੱਲ ਕੀ ਸੀਗੀ ਕਿ ਟੋਟਲ ਉਸ ਸਮੇਂ ਜਿਹੜੀ ਸੈਂਸ ਇਹ ਬਣਦੀ ਸੀ ਕਿ ਲਿਬਰਲ ਆ ਜਾਂ NDP ਉਹਨਾਂ ਦਾ ਇੱਕ ਤਰ੍ਹਾਂ ਦਾ ਜ਼ੋਰ ਲੱਗਿਆ ਹੋਇਆ ਕਿ ਉਹਨਾਂ ਨੂੰ ਇਸ ਪਾਸੇ ਵੱਲ ਭੇਜਿਆ ਜਾਵੇ। ਇਸ ਆਰਟੀਕਲ ਦੇ ਵਿੱਚ ਮੈਂ ਸਾਰਿਆਂ ਦਾ ਜ਼ਿਕਰ ਕੀਤਾ, ਮੈਂ NDP ਦਾ ਜ਼ਿਕਰ ਕੀਤਾ, ਮੈਂ ਲਿਬਰਲ ਦਾ ਜ਼ਿਕਰ ਕੀਤਾ, ਮੈਂ PC ਦਾ ਜ਼ਿਕਰ ਕੀਤਾ ਕਿ PC ਇਸ ਦੇ ਉੱਤੇ ਚੁੱਪ ਹੈ, ਸਾਇਲੈਂਟ ਹੈ, ਅਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਰਿਲੀਜੀਅਸ ਔਰਗੇਨਾਈਜੇਸ਼ਨਸ ਨੇ ਮੈਂ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਜਿਹੜੀਆਂ ਇਸ ਨੂੰ ਇੱਕ ਗੈਰ ਕੁਦਰਤੀ ਵਰਤਾਰਾ ਕਹਿ ਰਹੀਆਂ ਨੇ। ਸੋ ਮੈਂ ਰੈਫਰੈਂਸ ਦੇ ਨਾਲ ਲਿਖਿਆ, ਤੁਹਾਨੂੰ ਪਤਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਵੀ ਆਦੇਸ਼ ਇਸ ਦੇ ਉੱਤੇ ਆ ਚੁੱਕੇ ਨੇ, ਔਰ ਗੈਰ ਕੁਦਰਤੀ ਵਰਤਾਰਾ ਜਦੋਂ ਇਸ ਦੇ ਵਿੱਚ ਰਿਲੀਜੀਅਸ ਪਰਸਨੈਲਿਟੀਜ਼ ਨੂੰ ਲੈ ਕੇ ਰੈਫਰੈਂਸ ਦਿੱਤਾ ਤਾਂ ਉਹ ਵੀ ਕੋਟ ਕਰਕੇ ਮੇਰੇ ਮੂੰਹ 'ਚ ਪਾ ਦਿੱਤਾ ਕਿ ਮੇਰਾ ਇਹ ਆਪਣਾ ਓਪੀਨੀਅਨ ਹੈ ਕਿ ਮੈਂ ਉਹਨਾਂ ਨੂੰ ਗੈਰ ਕੁਦਰਤੀ ਕਹਿ ਰਿਹਾ ਵਾਂ। ਇਸੇ ਤਰ੍ਹਾਂ ਹੀ ਆਮ ਦੀ ਗੱਲ ਹੋ ਗਈ, ਨੋਰਮਲ ਟੂ ਅਬਨੋਰਮਲ, ਨੈਚੁਰਲ ਟੂ ਅਨਨੈਚੁਰਲ ਹੋ ਗਿਆ। ਇੱਕ ਕੁਝ 3-4 ਸ਼ਬਦ ਜੀ ਹੈਗੇ ਇਹ 'ਚੋਂ ਨਾ ਮਿਸਟ੍ਰਾਂਸਲੇਟ ਕਰਕੇ ਤਾਂ ਇੱਕਦਮ ਵਾਇਰਲ ਕਰ ਦਿੱਤੀ ਗੱਲ। ਤੁਹਾਨੂੰ ਪਤਾ ਕਿ ਇਸ ਮੁੱਦੇ ਦੇ ਉੱਤੇ ਇੱਥੋਂ ਦਾ ਮੀਡੀਆ ਕਿੰਨੀ ਛੇਤੀ ਗੱਲ ਪਿੱਕ ਕਰਦਾ ਹੈ, ਉਹਨੇ ਫਟਾਫਟ ਇਹ ਗੱਲ ਪਿੱਕ ਕੀਤੀ, ਪੂਰੇ ਨੈਸ਼ਨਲ ਮੀਡੀਆ 'ਚ ਇੱਥੇ ਗੱਲ ਇਹ ਘੁੰਮੀ, ਅਤੇ ਪਾਰਟੀ ਦੇ ਉੱਤੇ ਪ੍ਰੈਸ਼ਰ ਪਿਆ। ਪਾਰਟੀ ਨੇ ਮੈਨੂੰ ਕਿਹਾ ਕਿ ਆਪਣਾ ਐਡੀਟੋਰੀਅਲ ਆ ਜਿਹੜਾ ਉਹ ਭੇਜ, ਮੈਂ ਐਡੀਟੋਰੀਅਲ ਭੇਜਿਆ ਅਤੇ ਉਹਨਾਂ ਨੇ ਉਸਦੀ ਟ੍ਰਾਂਸਲੇਸ਼ਨ ਮੰਗਵਾਈ, ਅਤੇ ਉਸ ਤੋਂ ਬਾਅਦ ਰਾਈਟ ਵੀ ਉਹਨਾਂ ਨੇ ਕਿਹਾ ਕਿ ਵੀ ਪ੍ਰੈਸ਼ਰ ਬਹੁਤ ਹੈ ਮੀਡੀਆ ਦਾ, ਵੀ ਸੌਰੀ ਵੀ ਕਰੋ, ਘੱਟ ਟਾਈਜ ਪੇ ਦਿਓ, ਕਿਉਂਕਿ ਸਟੀਵਨ ਹਾਰਪਰ ਆਈ ਡੋਂਟ ਥਿੰਕ ਕਿ ਪਾਰਟੀ ਨਹੀਂ ਚਾਹੁੰਦੀ ਸੀ ਕਿ ਇਸ ਮੁੱਦੇ ਦੇ ਉੱਤੇ ਮੀਡੀਆ ਉਹਨਾਂ ਨੂੰ ਵਿਵਾਦ ਬਣਾ ਕੇ ਖਿੱਚੇ। ਉਹਨਾਂ ਨੇ ਆਪਣਾ ਡਿਸੀਜ਼ਨ ਦਿੱਤਾ ਕਿ ਅਸੀਂ ਇਸ ਤੋਂ ਆਪਣੀ ਟਾਈਜ਼ ਕੱਟ ਕਰਦੇ ਹਾਂ। ਮੈਂ ਕੰਡਕਟ ਪਾਰਟੀ ਦੇ ਕਿਸੇ ਹਲੇ ਫੰਕਸ਼ਨ ਦੇ ਵਿੱਚ ਨਹੀਂ ਜਾ ਸਕਦਾ ਹੈਗਾ, ਬਟ ਸਟਿਲ ਬਾਕੀ ਜਿਹੜਾ ਮੇਰਾ ਕੰਮ ਹੈ ਉਹ ਉਸੇ ਤਰ੍ਹਾਂ ਹੀ ਚੱਲੋ, ਆਪਣੀ ਗੱਲਬਾਤ ਚੱਲਦੀ ਰਹੇਗੀ। ਅਗਰਵਾਲ ਸਾਹਿਬ, ਸਮਾਂ ਹੋ ਚੁੱਕਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਅਗਰਵਾਲ ਸਾਹਿਬ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਜਾਰੀ ਰੱਖਾਂਗੇ, ਔਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇਵਾਂਗੇ ਕਿਸ ਤਰੀਕੇ ਜਿਹੜੀ ਹੈ ਹੁਣ ਕੰਪਨੀਆਂ ਅੱਗੇ ਚੱਲੇਗੀ, ਕਿਸ ਤਰੀਕੇ ਅਗਰਵਾਲ ਸਾਹਿਬ ਇਸ ਮੁਹਿੰਮ ਦੇ ਵਿੱਚ ਰਨ ਕਰਨਗੇ ਜੀ। ਇਸ ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਜਲਦੀ ਵਾਪਸ ਆ ਰਹੇ ਹਾਂ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਮੈਂ ਹਾਂ ਤੇਜਵੀਰ ਸਿੰਘ, ਸਾਡੀ ਗੱਲਬਾਤ ਚੱਲ ਰਹੀ ਹੈ ਜਗਦੀਸ਼ ਗਰੇਵਾਲ ਦੇ ਨਾਲ, ਜਿਹੜੇ ਮਿਸੀਸਾਗਾ ਮਾਲਟਨ ਹਲਕੇ ਤੋਂ ਰਨ ਕਰ ਰਹੇ ਹੈਗੇ ਆ ਜੀ, MP ਦੇ ਕੈਂਡੀਡੇਟ ਨੇ ਜੀ, ਔਰ ਕੰਜ਼ਰਵੇਟਿਵ ਪਾਰਟੀ ਨੇ ਇਹਨਾਂ ਨੂੰ ਆਪਣਾ ਅਫੀਸ਼ੀਅਲ ਕੈਂਡੀਡੇਟ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸ ਤਰੀਕੇ ਹੁਣ ਆਪਣੀ ਜਿਹੜੀ ਅੱਗੇ ਦੀ ਮੁਹਿੰਮ ਰਨ ਕਰਨਗੇ, ਕੰਪੇਨ ਕਿਸ ਤਰ੍ਹਾਂ ਚੱਲੇਗੀ, ਇਹਦੇ ਬਾਰੇ ਡਿਟੇਲ ਵਿੱਚ ਗੱਲਬਾਤ ਹੋਏਗੀ। ਗਰੇਵਾਲ ਸਾਹਿਬ, ਹੁਣ ਅਗਲਾ ਪਲਾਨ ਕੀ ਹੈ ਜੀ ਤੁਹਾਡਾ, ਤੁਸੀਂ ਪ੍ਰੋਸੀਡ ਕਰ ਰਹੇ ਹੋ ਜੀ? ਹਾਂ ਬਿਲਕੁਲ, ਔਰ ਮੇਰਾ ਪੂਰਾ ਕੈਂਪੇਨ ਆਫਿਸ ਪੂਰੇ ਜ਼ੋਰ ਸ਼ੋਰ ਨਾਲ ਇਸ ਸਮੇਂ ਚੱਲ ਰਿਹਾ ਵਾ ਜੀ। ਸਾਰੇ ਮੇਰੇ ਵਲੰਟੀਅਰਸ ਆ ਰਹੇ ਨੇ, ਮੈਂ ਸਾਰੇ ਹੀ ਆਪਣੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਹੜੇ ਕਿ ਲਗਾਤਾਰ ਮੇਰੀ ਸਪੋਰਟ ਦੇ ਵਿੱਚ ਡਟੇ ਹੋਏ ਨੇ, ਖਾਸ ਤੌਰ ਦੇ ਉੱਤੇ ਦੂਸਰੀਆਂ ਕਮਿਊਨਿਟੀਆਂ ਦੇ ਜਿਹੜੇ ਪੇਰੈਂਟਸ, ਇਹ ਸਮਝਦੇ ਨੇ ਕਿ ਯੈਸ, ਕਿਉਂਕਿ ਇਸ ਦੀ ਇੰਗਲਿਸ਼ ਹੁਣ ਫੁੱਲ ਟ੍ਰਾਂਸਲੇਸ਼ਨਸ ਕਰਕੇ ਵੀ ਸਰਕੂਲੇਟ ਕੀਤਾ ਜਾ ਰਿਹਾ ਹੈ ਆਰਟੀਕਲ, ਔਰ ਉਰਦੂ ਅਤੇ ਪੰਜਾਬੀ ਦੇ ਵਿੱਚ ਵੀ ਅਤੇ ਚਾਈਨੀਜ਼ ਦੇ ਵਿੱਚ ਵੀ, ਅਤੇ ਜਿਹੜਾ ਵੀ ਪੇਰੈਂਟਸ ਇਸ ਨੂੰ ਪੜ੍ਹਦਾ, ਯਕੀਨ ਕਰੋ ਅੱਜ ਪਾਕਿਸਤਾਨੀ ਕਮਿਊਨਿਟੀ ਦੇ ਕੁਝ ਸ਼ਖਸ ਮੇਰੇ ਆਪਣੇ ਆਫਿਸ ਦੇ ਕੈਂਪੇਨ ਆਫਿਸ ਦੇ ਵਿੱਚ ਆਏ ਸੀ, ਉਹਨਾਂ ਨੂੰ ਜਦੋਂ ਉਰਦੂ ਤਰਜਮਾ ਉਸਦਾ ਪੜ੍ਹਾਇਆ, ਕਹਿੰਦੇ ਅਸੀਂ ਇਸ ਐਡੀਟੋਰੀਅਲ ਦੇ ਉੱਤੇ ਤੈਨੂੰ ਓਨਰ ਕਰਨਾ ਚਾਹੁੰਦੇ ਹਾਂ ਜੀ, ਰਾਈਟ? ਸੋ ਇਸ ਦੇ ਵਿੱਚ ਕੋਈ ਵੀ ਐਸੀ ਗੱਲ ਜਿਹੜੀ ਹੈ ਨਹੀਂ ਹੈ ਕਿ ਜਿਹੜਾ ਪੇਰੈਂਟਸ ਇਸ ਨੂੰ ਪੜ੍ਹੇਗਾ ਉਹ ਕਹੇਗਾ ਕਿ ਹਾਂ ਇਹ ਬੰਦਾ ਪੇਰੈਂਟਸ ਦੇ ਲਈ ਖੜ੍ਹਾ, ਇਹ ਲੋਕਾਂ ਦੇ ਲਈ ਖੜ੍ਹਾ ਆ ਜੀ। ਮੈਂ ਇੱਕੋ ਹੀ ਸਵਾਲ ਰੇਜ਼ ਉਸ ਦੇ ਵਿੱਚ ਕੀਤਾ ਹੋਇਆ ਕਿ ਜੇ ਪੇਰੈਂਟਸ ਨੂੰ ਇਸ ਚੀਜ਼ ਦਾ ਹੱਕ ਆ ਕਿ ਤੁਸੀਂ ਆਪਣੇ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਦੇਣ ਦੇ ਲਈ ਰਿਸਪੋਂਸੀਬਲ ਸਮਝਦੇ ਹੋ, ਪ੍ਰੋਪਰ ਹੈਲਦੀ ਉਸ ਦੇ ਰੱਖਣ ਲਈ ਰਿਸਪੋਂਸੀਬਲ ਸਮਝਦੇ ਹੋ, ਪ੍ਰੋਪਰ ਉਹਦਾ ਪਾਲਣ ਪੋਸ਼ਣ ਕਰਨ ਲਈ ਰਿਸਪੋਂਸੀਬਲ ਸਮਝੋ, ਤਾਂ ਇਹ ਹੱਕ ਪੇਰੈਂਟਸ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿ ਜੇ ਬੱਚਾ ਕਹਿੰਦਾ ਕਿ ਮੈਂ ਇਸ ਲਾਈਫ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਸਟੇਟ ਲਾਈਫ ਆਉਣਾ ਚਾਹੁੰਦਾ, ਤਾਂ ਉਹਨੂੰ ਦੁਬਾਰਾ ਉਸਦਾ ਇਲਾਜ ਕਰਾਉਣ ਦਾ ਹੱਕ ਪੇਰੈਂਟਸ ਦੇ ਕੋਲ ਕਿਉਂ ਨਹੀਂ ਗਾ? ਮੈਂ ਇਹ ਜਿਹੜਾ ਇੱਕ ਕੁਐਸਚਨ ਮਾਰਕ ਇਸ ਦੇ ਵਿੱਚ ਹੈ, ਜਿਹੜਾ ਇਸ ਐਡੀਟੋਰੀਅਲ ਦੇ ਵਿੱਚ ਹੈ। ਸੋ ਮੇਰਾ ਨਹੀਂ ਖਿਆਲ ਕਿ ਤੁਹਾਡੇ 'ਚੋਂ ਕੋਈ ਵੀ ਪੇਰੈਂਟ ਆ ਜਿਹੜਾ ਇਸ ਗੱਲ ਦੇ ਨਾਲ ਸਹਿਮਤ ਹੋਊਗਾ ਕਿ ਮਾਪਿਆਂ ਕੋਲ ਇੰਨਾ ਹੱਕ ਵੀ ਨਾ ਹੋਵੇ ਕਿ ਬੱਚਾ ਜੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿ ਉਹਦਾ ਮੁੜ ਕੇ ਉਸਨੂੰ ਸਿੱਧੇ ਰਾਹ 'ਤੇ ਲਿਆਂਦਾ ਜਾ ਸਕੇ। ਗਰੇਵਾਲ ਸਾਹਿਬ, ਇਹ ਦੱਸੋ ਵੀ ਜਿਹੜਾ ਹੁਣ ਇਹ ਫੈਸਲਾ ਤੁਹਾਡੇ ਖਿਲਾਫ਼ ਲਿਆ ਗਿਆ ਜਾਂ ਪਾਰਟੀ ਦਾ ਫੈਸਲਾ ਕਹਿ ਲਈਏ ਅਸੀਂ ਲਿਆ ਗਿਆ, ਤੁਹਾਡਾ ਉਹਦੇ ਵੱਟਸ ਯੂਅਰ ਪਰਸਨਲ ਟੇਕ ਔਨ ਇਟ, ਤੁਸੀਂ ਕੀ ਮਹਿਸੂਸ ਕਰਦੇ ਹੋ ਜੀ? ਉਹ ਪਾਰਟੀ ਦਾ ਡਿਸੀਜ਼ਨ ਆ, ਜੋ ਪਾਰਟੀ ਦਾ ਡਿਸੀਜ਼ਨ ਹੈ ਜੀ, ਅਤੇ ਮੈਂ ਕੋਈ ਅਪੋਲੋਜੀ ਕਰਕੇ ਮੁੜ ਕੇ ਟਿਕਟ ਲਈ ਨਹੀਂ ਕਹਿਣਾ ਗਾ। ਜੇ ਮੈਂ ਅਪੋਲੋਜੀ ਕਰਾਂ ਇਸ ਦੇ ਬਾਰੇ 'ਚ ਵੀ ਮੈਂ ਗਲਤ ਕੀਤਾ, ਮੈਂ ਕੋਈ ਗਲਤ ਨਹੀਂ ਕੀਤਾ ਗਾ, ਪਰ ਮੈਂ ਪਾਰਟੀ ਨੂੰ ਅਪੀਲ ਜ਼ਰੂਰ ਕਰਾਂਗਾ ਇਸ ਡਿਸੀਜ਼ਨ ਦੇ ਲਈ ਕਿ ਇਸ ਡਿਸੀਜ਼ਨ ਦੇ ਉੱਤੇ ਦੁਬਾਰਾ ਸੋਚਿਆ ਜਾਵੇ, ਇਫ ਆਈ ਵਿਨ ਓਨਲੀ ਦੈਨ ਕਿ ਦੁਬਾਰਾ ਫਿਰ ਮੈਂ ਪਾਰਟੀ ਦੇ ਨਾਲ ਜੁੜ ਸਕਾਂ, ਜੇ ਨਹੀਂ ਵੀ
ਅਤੇ ਲੋਕ ਜਿਤਾ ਦਿੰਦੇ ਨੇ, ਫਿਰ ਮੈਂ ਇਕੱਲਾ ਹੀ ਬਹੁਤ ਹੈ, ਕਿਉਂਕਿ ਜੇ ਜਿੱਤ ਕੇ ਪਾਰਟੀ ਦੇ ਅੰਡਰ ਜਾ ਕੇ ਬੈਠਣਾ ਕਈ ਵਾਰੀ ਹੁੰਦਾ, ਫਿਰ ਤੁਸੀਂ ਬੁੱਤ ਬਣ ਕੇ ਰਹਿ ਜਾਂਦੇ ਹੋ ਜੀ। ਤੁਸੀਂ ਪਾਰਟੀ ਨੂੰ ਕਾਕਸ ਚ ਲੈਣ ਤੋਂ ਇਨਕਾਰ ਕਰ ਦਿੱਤਾ ਜੇ ਅਸੀਂ ਜਿੱਤ ਜਾਂਦੇ ਹੋ? ਉਹਨੇ ਕਰ ਦਿੱਤਾ, ਬਟ ਸਟਿਲ ਆਈ ਹੈਵਨਟ ਅਪੀਲ ਦਾ ਕੇਸ ਜੀ। ਠੀਕ ਹੈ, ਜੇ ਲੈਣਗੇ ਜਾਂ ਨਾ ਲੈਣਗੇ, ਕੋਈ ਪਾਰਟੀ ਨੇ ਹਜੇ ਕੇਸ ਤਾਂ ਪੂਰਾ ਸੁਣਿਆ ਨਹੀਂ ਗਾ ਜੀ ਜੀ। ਠੀਕ ਹੈ, ਇਟਸ ਅਪ ਟੂ ਦਾ ਪਾਰਟੀ ਜੀ। ਜੇ ਜਿੱਤ ਕੇ ਪਾਰਟੀ 'ਚ ਬੈਠ ਵੀ ਗਏ ਤਾਂ ਕਈ ਵਾਰੀ ਬੰਦਾ ਬੁੱਤ ਬਣ ਕੇ ਰਹਿ ਜਾਂਦਾ ਜੀ ਜੀ ਜੀ। ਠੀਕ ਹੈ, ਅਤੇ 4 ਸਾਲ ਹੈ, ਇਕੱਲਾ ਹੀ ਸ਼ੇਰ ਵਾਂਗੂ ਗੱਜੂੰਗਾ ਜੇ ਜਿਤਾ ਦੇਣਗੇ ਮੈਨੂੰ ਇੱਥੋਂ ਦੇ। ਅੱਛਾ, ਇਹ ਦੱਸੋ ਵੀ ਤੁਸੀਂ CBC 'ਤੇ, ਮੈਂ ਤੁਹਾਡੀ ਇੰਟਰਵਿਊ ਅੱਜ ਦੇਖੀ ਹੈ ਜੀ, ਉੱਥੇ ਤੁਸੀਂ ਕਿਹਾ ਕਿ ਤੁਸੀਂ ਪਾਰਟੀ ਦੇ ਫੈਸਲੇ ਨੂੰ ਵੈਲਕਮ ਕਰਦੇ ਹੋ ਜੀ, ਤੁਸੀਂ ਸਵੀਕਾਰ ਕਰਦੇ ਹੋ? ਆਈ ਸਟਿਲ ਤੇ ਪਾਰਟੀ ਦਾ ਆਪਣਾ ਡਿਸੀਜ਼ਨ ਹੈ ਜੀ। ਠੀਕ ਹੈ, ਸੋ ਮੈਂ ਆਈ ਸਟਿਲ ਸੇ ਕਿ ਆਈ ਵਾਜ਼ ਸ਼ੌਕਡ, ਆਈ ਵਾਜ਼ ਡਿਸਮੇਡ ਬਾਈ ਦਾ ਪਾਰਟੀ ਡਿਸੀਜ਼ਨ, ਬਾਈ ਦਾ ਮੀਡੀਆ ਨਿਊਜ਼ ਜੀ, ਬਟ ਆਈ ਸਟਿਲ ਰਿਸਪੈਕਟ ਦਾ ਪਾਰਟੀ ਡਿਸੀਜ਼ਨ। ਸੋ ਪਾਰਟੀ ਨੇ ਜੋ ਕੀਤਾ ਸੋ ਕੀਤਾ, ਉਹਦੀ ਉਹਨਾਂ ਦਾ ਡਿਸੀਜ਼ਨ ਹੈ। ਸੋ ਮੈਨੂੰ ਜਿਹਨੂੰ ਲੱਗਦਾ ਸੀਗਾ ਕੁਛ ਕਿ ਗਲਤ ਹੈ, ਉਹਨਾਂ ਦਾ ਆਪਣਾ ਡਿਸੀਜ਼ਨ ਹੈ। ਸੋ ਆਈ ਡੋਂਟ ਸੇ ਐਨੀਥਿੰਗ, ਆਈ ਸਟਿਲ ਹੋਲਡ ਔਨ ਟੂ ਮਾਈ ਕੰਜ਼ਰਵੇਟਿਵ ਵੈਲਿਊਜ਼ ਜੀ। ਕਿਤੇ ਲੋਕ ਇਹ ਜਾਣਨਾ ਚਾਹੁੰਦੇ ਜੀ, ਕਿਤੇ ਕੋਈ ਤੁਹਾਡੀ ਅੰਦਰ ਖਾਤੇ ਕੋਈ ਐਸੀ ਡੀਲ ਤਾਂ ਨਹੀਂ ਪਾਰਟੀ ਦੇ ਨਾਲ ਬਣ ਗਈ ਕਿ ਉੱਪਰੋਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਪਾਰਟੀ 'ਚੋਂ ਬਾਹਰ ਹੋ ਜਾਓ, ਪਰ ਅੰਦਰੋਂ ਤੁਹਾਨੂੰ ਫਿਰ ਸਪੋਰਟ ਕਰਦੇ ਹੋਣ? ਤੁਗਾ ਸਾਹਿਬ, ਇਹ ਰਾਈਡਿੰਗ ਟਾਰਗੇਟ ਰਾਈਡਿੰਗ ਸੀਗੀ ਜੀ। ਇੱਥੋਂ ਤੁਹਾਨੂੰ ਪਤਾ ਹੈ ਕਿ ਮਿਨਿਸਟਰਾਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਮੈਂ ਜਿੱਤਾਂ ਜੀ। ਇੱਥੋਂ ਸਾਡੇ ਪਾਰਟੀਜ਼ ਦੇ ਹਾਈ ਲੈਵਲ ਦੇ ਜਿਹੜੇ ਕੈਂਪੇਨ ਮੈਨੇਜਰ ਨੇ ਉਹ ਮੇਰੇ ਦਫ਼ਤਰ ਆ ਕੇ ਬੈਠੇ ਹੋਏ ਸੀਗੇ ਜੀ ਜੀ। ਟਾਰਗੇਟ ਰਾਈਡਿੰਗ ਸੀਗੀ ਬਿਲਕੁਲ, ਠੀਕ ਹੈ ਜੀ। ਔਰ ਇਸ ਦੇ ਵਿੱਚ ਪੂਰੀ ਫੰਡਿੰਗ ਕੰਜ਼ਰਵੇਟਿਵਸ ਵੱਲੋਂ ਹੋ ਰਹੀ ਸੀਗੀ ਜੀ। ਔਰ ਮੈਂ ਉਹ ਸਾਰਾ ਕੁਝ ਲੂਜ਼ ਕਰਕੇ, ਤੁਹਾਨੂੰ ਲੱਗਦਾ ਕਿ ਹੁਣ ਮੈਂ 3 ਦਿਨ ਦਾ ਇਸ ਤਰ੍ਹਾਂ ਬੁਰੀ ਤਰ੍ਹਾਂ ਭੱਜ ਰਿਹਾ ਕਿ ਮੇਰੇ ਜਿਹੜੇ ਕੈਂਪੇਨ ਮੈਨੇਜਰ ਹੈ ਉਹ ਵੀ ਚਲੇ ਗਏ, ਅਤੇ ਜਿਹੜਾ ਪਾਰਟੀ ਦਾ ਰਿਸੋਰਸਿਸ ਨੇ, ਡਾਟਾ ਹੁੰਦਾ ਐਕਸੈਸ, ਉਹ ਵੀ ਰੁਕ ਗਿਆ, ਅਤੇ ਮੈਂ ਇਸ ਤਰ੍ਹਾਂ ਤੁਰਿਆ ਫਿਰਾਂ ਜੀ ਜੀ ਜੀ। ਹੈ ਜੇ ਇੱਦਾਂ ਦੀ ਕੋਈ ਹੋਵੇ ਗੱਲ ਕਿ ਮੈਨੂੰ ਉਹ ਠੀਕ ਸੀਗਾ ਕਿ ਮੈਂ ਆਰਾਮ ਨਾਲ ਬੈਠਾ ਸੀਗਾ ਅਤੇ ਕੰਮ ਸਾਰਾ ਸਮੂਥ ਪ੍ਰੋਪਰ ਚੱਲੀ ਜਾ ਰਿਹਾ ਸੀ, ਹੁਣ ਇੱਕਦਮ ਮੇਰਾ ਅਤੇ ਮੇਰੇ ਪਰਿਵਾਰ ਅਤੇ ਮੇਰੇ ਵਲੰਟੀਅਰਸ ਉੱਤੇ ਸਾਰਾ ਆ ਗਿਆ, 20,000 ਵੋਟ ਆਈਡੈਂਟੀਫਾਈ ਮੇਰੀ ਕੀਤੀ ਹੋਈ ਸੀਗੀ, ਆਈ ਨੀਡ ਟੂ ਗੈਟ ਬੈਕ ਟੂ ਦੈਟ ਡਾਟਾ। ਮੈਂ ਉਹ ਮੇਰੇ ਲਈ ਚੰਗਾ ਸੀ ਕਿ ਹੁਣ ਚੰਗਾ ਸੀਗਾ? ਜੇ ਇਹ ਡਰਾਮਾ ਹੁੰਦਾ ਤਾਂ ਹੁਣ ਮੈਂ ਇੱਦਾਂ ਭੱਜਿਆ ਫਿਰਦਾ? ਤੁਸੀਂ ਅੱਜ ਲਿਖਿਆ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ, ਕਿੰਨੇ ਕੁ ਹਰਟ ਹੋਏਗਾ ਗ੍ਰਿਵਲ ਸਾਹਿਬ? ਤੁਸੀਂ ਤੁਹਾਡੀ ਫੈਮਿਲੀ ਸਮਾਂ ਬੜਾ ਤੁਹਾਡਾ ਲੱਗਿਆ, ਪੈਸਾ ਤਾਂ ਖੈਰ ਖਰਚ ਹੁੰਦਾ, ਮੇਰਾ ਪੂਰਾ ਸਾਲ ਲੱਗਿਆ ਹੈ ਜੀ। ਮੈਂ ਪਿਛਲੇ ਸਾਲ ਦਸੰਬਰ ਦੇ ਵਿੱਚ ਇੰਡੀਆ ਗਿਆ ਸੀ, ਜਨਵਰੀ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਮੈਂ ਜਾ ਕੇ ਮੱਥਾ ਟੇਕ ਕੇ ਉੱਥੇ ਜਾ ਕੇ ਐਲਾਨ ਕੀਤਾ ਕਿ ਯੈਸ ਆਈ ਐਮ ਕਮਿੰਗ ਇਨ ਟੂ ਦਾ ਪੋਲੀਟਿਕਸ, ਰਾਈਟ? ਸੋ ਉਸ ਤੋਂ ਬਾਅਦ ਮੇਰਾ ਪੂਰੇ ਦਾ ਪੂਰਾ ਸਾਲ ਲੱਗਿਆ। ਤੁਹਾਨੂੰ ਪਤਾ ਕਿ ਮੈਂ ਕਿੰਨਾ ਅਗਰੈਸਿਵਲੀ ਕਮਿਊਨਿਟੀ 'ਚ ਕੰਮ ਕਰਨ ਵਾਲਾ, ਕਿੰਨਾ ਆਪਣੇ ਨਿਊਜ਼ ਪੇਪਰ ਲਈ, ਆਪਣੇ ਰੇਡੀਓ ਲਈ, ਆਪਣੀ ਰੀਅਲ ਸਟੇਟ ਲਈ, ਆਪਣੇ ਕੈਰੀਅਰ ਲਈ, ਕਿਸ ਤਰ੍ਹਾਂ ਮੈਂ ਇੱਕ ਅਗਰੈਸਿਵ ਬੰਦਾ। ਆਹ ਸਾਲ ਪੂਰੇ ਦਾ ਪੂਰਾ ਮੇਰਾ ਇਸ ਪਾਰਟੀ ਦੀਆਂ ਪੋਲਿਸੀ ਦੀਆਂ ਗੱਲ ਕਰਦੇ ਹਾਂ, ਇਸ ਪਾਰਟੀ ਨੂੰ ਪ੍ਰਮੋਟ ਕਰਦੇ ਹਾਂ, ਇਸ ਪਾਰਟੀ ਦੇ ਹੱਕ 'ਚ ਖੜਦੇ ਹਾਂ 4 ਸਾਲ, ਔਰ ਪਾਰਟੀ ਨੂੰ ਇਸ ਚੀਜ਼ ਦਾ ਕਲੀਅਰ ਪਤਾ ਹੈ ਕਿ ਪਿਛਲੇ 2011 ਦੀ ਇਲੈਕਸ਼ਨ ਦੇ ਵਿੱਚ ਮੇਰਾ ਪਾਰਟੀ ਨੂੰ ਇਸ ਹਲਕੇ ਤੋਂ ਜਿਤਾਉਣ ਲਈ ਕੀ ਰੋਲ ਸੀਗਾ ਜੀ ਜੀ ਜੀ। ਔਰ ਮੇਰੇ ਬਾਰੇ ਜਦੋਂ ਗੱਲ ਆਉਣੀ ਤਾਂ ਇੱਕਦਮ ਫੈਸਲਾ ਸੁਣਾ ਦੇਣਾ। ਇਹ ਜੋ ਧੱਕਾ ਤੁਹਾਡੇ ਨਾਲ ਗਰੇਵਾਲ ਸਾਹਿਬ ਹੋਇਆ, ਇਹਦੇ ਲਈ ਤੁਸੀਂ ਕੋਈ ਲੀਗਲ ਐਕਸ਼ਨ ਵੀ ਲੈ ਰਹੇ ਹੋ, ਕਿਸੇ ਨੂੰ ਸੂ ਕਰਨ ਬਾਰੇ ਵੀ ਵਿਚਾਰ? ਮੈਂ ਸਿਰਫ ਜਿਹੜਾ ਮੀਡੀਆ ਨੇ ਨਿਊਜ਼ ਵਾਇਰਲ ਕੀਤੀ ਹੈ ਮਿਸ ਟ੍ਰਾਂਸਲੇਸ਼ਨ ਦੀ, ਆਈ ਐਮ ਥਿੰਕਿੰਗ ਟੂ ਸੂ ਦੈਟ ਮੀਡੀਆ। ਸਮਾਂ ਹੋ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਸਾਡੀ ਰਹਿੰਦੇ ਸਵਾਲਾਂ ਦੇ ਉੱਤੇ ਗੱਲਬਾਤ ਹੋਏਗੀ, ਔਰ ਕੁਝ ਲੋਕ ਇਹ ਸੋਚ ਰਹੇ ਨੇ ਸ਼ਾਇਦ ਗਰੇਵਾਲ ਸਾਹਿਬ ਜਿਹੜੇ ਇਸ ਇਲੈਕਸ਼ਨ ਕੰਪੇਨ ਦੇ ਵਿੱਚ ਜਾਂ ਇਲੈਕਸ਼ਨ ਦੇ ਵਿੱਚ ਹੁਣ ਰਨ ਕਰ ਰਹੇ ਨੇ ਜਾਂ ਨਹੀਂ ਕਰ ਰਹੇ, ਇਹਦੀ ਡਿਟੇਲ ਦੇਣਗੇ, ਕਿਉਂਕਿ ਇਹਨਾਂ ਦਾ ਬੈਲਟ ਪੇਪਰ 'ਤੇ ਹਜੇ ਵੀ ਨਾਮ ਮੌਜੂਦ ਹੈ। ਇਹਦੇ ਬਾਰੇ ਅਸੀਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਜਲਦੀ ਵਾਪਸ ਆ ਕੇ ਆਖਰੀ ਸੈਗਮੈਂਟ 'ਚ ਰਹਿੰਦੇ ਸਵਾਲਾਂ ਦੇ ਉੱਤੇ ਗੱਲਬਾਤ ਕਰਾਂਗੇ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਜਲਦੀ ਵਾਪਸ ਆ ਰਹੇ ਹਾਂ। ਗਰੇਵਾਲ ਸਾਹਿਬ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ। ਤੁਸੀਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਜੀ ਓਪਨਿੰਗ ਦੇ ਵਿੱਚ ਕਿ ਤੁਹਾਡਾ ਬੈਲਟ ਪੇਪਰ 'ਤੇ ਹਜੇ ਵੀ ਨਾਮ ਮੌਜੂਦ ਹੈ, ਕੀ ਕਹਿਣਾ ਚਾਹੁੰਦੇ? ਬਿਲਕੁਲ, ਕਾਫੀ ਤਰ੍ਹਾਂ ਦੀ ਰੂਮਰਸ ਇਹ ਵੀ ਕਹੀ ਜਾਂਦੀ ਹੈ ਕਿ ਮੈਂ ਆਪਣਾ ਕੈਂਪੇਨ ਆਫਿਸ ਬੰਦ ਕਰ ਦਿੱਤਾ ਜਾਂ ਨਾ ਕੱਢ ਲਿਆ। ਬੈਲਟ ਪੇਪਰ ਦੇ ਉੱਤੇ ਨੰਬਰ 3 ਦੇ ਉੱਤੇ ਗਰੇਵਾਲ ਜਗਦੀਸ਼ ਕੰਜ਼ਰਵੇਟਿਵ ਲਿਖਿਆ ਹੋਇਆ, ਉਸ ਦੇ ਸਾਈਡ ਦੇ ਉੱਤੇ ਗੋਲ ਸਰਕਲ ਹੈ, ਉੱਥੇ ਤੁਸੀਂ ਠੀਕ ਆ ਜਾਂ ਕਾਟਾ ਜਿਹੜਾ ਨਿਸ਼ਾਨ ਆ ਆਪਣਾ ਉੱਥੇ ਲਾਉਣਾ ਆ। ਆਈ ਐਮ ਸਟਿਲ ਔਨ ਦਾ ਬੈਲਟ ਪੇਪਰ, ਸਟਿਲ ਅੰਡਰ ਕੰਜ਼ਰਵੇਟਿਵ, ਸੋ ਮੈਂ ਸਟਿਲ ਇੱਥੋਂ ਰਨ ਕਰ ਰਿਹਾ ਹਾਂ। ਸੋ ਆਈ ਐਮ ਇਨ ਦਾ ਰੇਸ ਐਂਡ ਆਈ ਐਮ ਇਨ ਦਾ ਰੇਸ ਨਾਓ ਟੂ ਵਿਨ। ਇਹ ਬੜੀ ਸਥਿਤੀ ਜਿਹੜੀ ਇਸ ਵੇਲੇ ਬੜੀ ਕਨਫਿਊਜ਼ ਕਰਨ ਵਾਲੀ ਹੈ ਲੋਕਾਂ ਨੂੰ। ਤੁਸੀਂ ਦੱਸਿਆ ਕਿ ਫਲਾਇਰ ਤੁਹਾਡੇ ਜਾ ਰਹੇ ਨੇ, ਬੋਰਡ ਵੀ ਤੁਹਾਡੇ ਲੱਗ ਰਹੇ ਨੇ, ਉਹ ਵੀ ਕੀ ਕੰਜ਼ਰਵੇਟਿਵ ਦੇ ਫਲਾਇਰ ਨੇ, ਕੰਜ਼ਰਵੇਟਿਵ ਦੇ ਬੋਰਡ ਨੇ? ਮੈਂ ਐਜ਼ ਆਈ ਸੈਡ ਕਿ ਕੰਜ਼ਰਵੇਟਿਵ ਪਾਰਟੀ ਨੇ ਸਿਰਫ ਮੈਨੂੰ ਇੰਨਾ ਕਿਹਾ ਕਿ ਵੀ ਹੈਵ ਕੱਟ ਦ ਟਾਈਜ਼ ਵਿਦ ਯੂ। ਦੈਟ ਮੀਨਸ ਕਿ ਮੈਂ ਹੁਣ ਇੱਥੇ ਸਟੀਫਨ ਹਾਰਪਰ ਸਾਹਿਬ ਆਉਣੇ ਨੇ, ਉਹਨਾਂ ਦੇ ਫੰਕਸ਼ਨ 'ਤੇ ਨਹੀਂ ਜਾ ਸਕਦਾ ਗਾ। ਮਿਨਿਸਟਰ ਕੈਨੀ ਸਾਹਿਬ ਆ ਕੇ ਗਏ ਨੇ, ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵਿਚਰਿਆ ਸੀ ਉਸ ਤਰ੍ਹਾਂ ਨਹੀਂ ਵਿਚਰਿਆ ਗਾ, ਕਿਉਂਕਿ ਮੈਂ ਆਪਣੇ ਆਪ 'ਤੇ ਹਾਂ ਜੀ। ਪਰ ਸਟਿਲ
ਜਿਹੜਾ ਨਾਂ ਮੇਰਾ ਉਹ ਕੰਜ਼ਰਵੇਟਿਵ ਦਿੱਤੇ ਆ। ਬੜੀ ਫਸਟ ਟਾਈਮ ਇਹੋ ਜਿਹੀ ਕੋਈ ਸਥਿਤੀ ਆ ਜਿਹੜੀ ਕੈਨੇਡਾ ਦੇ ਵਿੱਚ ਬਣੀ ਹੈ, ਤੇ ਜਿੱਤ ਵੀ ਜਾਣਾ ਉਹ ਵੀ ਫਸਟ ਟਾਈਮ ਇਹੋ ਜਿਹੀ ਸਥਿਤੀ ਆ ਜਿਹੜੀ ਉਹ ਹੋਵੇਗੀ। ਰਾਈਟ, ਕੋਈ ਜਿੱਤਣ ਤੋਂ ਬਾਅਦ ਕਾਕਸ ਦੇ ਵਿੱਚ ਇੱਧਰ ਉੱਧਰ ਲੋਕ ਹੋ ਜਾਂਦੇ ਨੇ, ਪਰ ਬਿਲਕੁਲ ਐਨ ਇਲੈਕਸ਼ਨ ਦੇ ਮੌਕੇ ਦੇ ਉੱਤੇ ਇਹ ਘਟਨਾ ਜਿਹੜੀ ਵਾਪਰ ਜਾਣੀ ਹੈ, ਕੈਨੇਡਾ ਦੇ ਲੋਕਾਂ ਲਈ ਵੀ ਇੱਕ ਨਵੀਂ ਚੀਜ਼ ਆ ਇਹ, ਔਰ ਪੂਰਾ ਮੇਨ ਸਟ੍ਰੀਮ ਮੀਡੀਆ ਵੀ ਇਸ ਨੂੰ ਇੱਕ ਬੜਾ ਨੇੜਿਓਂ ਦੇਖ ਰਿਹਾ ਕਿ ਹੁਣ ਇਹ ਜੇ ਵਿਅਕਤੀ ਆ ਇਸ ਨੂੰ ਇਸ ਦੀ ਫੇਸ ਵੈਲਿਊ 'ਤੇ ਵੋਟ ਪੈ ਰਹੀ ਹੈ ਜਾਂ ਫਿਰ ਇਸ ਦੀ ਪਾਰਟੀ ਵੈਲਿਊ 'ਤੇ ਵੋਟ ਪੈ ਰਹੀ ਹੈ। ਜੀ, ਤੁਸੀਂ ਇੱਕ ਆਪਣੀ ਹੁਣ ਸਟੇਟਮੈਂਟ 'ਚ ਅੱਜ ਸਵੇਰੇ ਮੈਂ ਤੁਹਾਡੀ ਸੁਣ ਰਿਹਾ ਸੀ ਜੀ CBC ਦੀ ਇੰਟਰਵਿਊ 'ਤੇ, ਤੁਸੀਂ ਕਿਹਾ ਕਿ ਤੁਸੀਂ ਕੁਦਰਤ ਦੇ ਬਣਾਏ ਹੋਏ ਜਾਂ ਪਰਮਾਤਮਾ ਦੇ ਬਣਾਏ ਹੋਏ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੋ। ਆਪਾਂ ਇਸ ਵਿਸ਼ੇ 'ਤੇ ਦੁਬਾਰਾ ਵਾਪਸ ਆਈ ਜਿੱਥੋਂ ਇਹ ਮੁੱਦਾ ਆਪਾਂ ਕਿਹਾ ਹੈਗਾ ਜੀ, ਜਿਹੜੇ ਹੋਮੋਸੈਕਸ਼ੁਅਲ ਹੈਗੇ ਨੇ ਉਹਨਾਂ ਬਾਰੇ ਤੁਸੀਂ ਕਿਹਾ ਕਿ ਮੈਂ ਉਹਨਾਂ ਨੂੰ ਅਬਨੋਰਮਲ ਨਹੀਂ ਲਿਖਿਆ, ਮੇਰਾ ਨੂੰ ਅਬਨੋਰਮਲ ਕਹਿਣ ਦਾ ਕੋਈ ਮਤਲਬ ਨਹੀਂ ਸੀ। ਕੀ ਤੁਸੀਂ ਅੱਜ ਵੀ ਉੱਥੇ ਸਟੈਂਡ ਕਰਦੇ? ਬਿਲਕੁਲ, ਦੇਖੋ ਮੈਂ ਫਿਰ ਉਹ ਕਹਿੰਦਾ, ਮੈਂ ਸ਼ੁਰੂ 'ਚ ਵੀ ਕਿਹਾ ਜੀ ਮੈਂ ਕਿੰਨੇ ਇਸ ਦੇ ਬਾਰੇ 'ਚ ਆਰਟੀਕਲ ਲਿਖਿਆ, ਸੈਕਸ ਐਜੂਕੇਸ਼ਨ ਕਲੋਕਰਮ ਦੇ ਬਾਰੇ 'ਚ ਲਿਖਿਆ, ਸੇਮ ਸੈਕਸ ਮੈਰਿਜ ਦੇ ਬਾਰੇ 'ਚ ਲਿਖਿਆ, ਔਰ ਇਸ ਵਿਸ਼ੇ ਦੇ ਉੱਤੇ ਲਿਖਿਆ ਜਿਹੜਾ ਕਿ ਇਹ ਹੁਣ ਜਦੋਂ ਇਹਦੀਆਂ ਟਰਾਂਸਲੇਸ਼ਨਾਂ ਹੋ ਕੇ ਵੱਖ ਵੱਖ ਮੀਡੀਆ ਜਾਂਦੇ ਆ ਉਸ ਦੇਖਦੇ ਨੇ ਕਿ ਆਹ ਲਿਖਿਆ ਗਿਆ ਸੀ, ਇੱਕ ਪੰਜਾਬੀ ਮੀਡੀਆ ਆਹ ਗੱਲ ਲਿਖ ਰਿਹਾ ਵਾ, ਠੀਕ ਹੈ। ਇੰਨਾ ਕੁਛ ਲਿਖਣ ਦੇ ਬਾਵਜੂਦ ਵੀ ਕੀ ਉਹਨਾਂ ਨੇ ਮੇਰੇ ਇਹਦੇ ਵਿੱਚੋਂ ਕੱਢਿਆ ਕਿ ਜਿਹੜਾ ਉਹਨਾਂ ਨੇ ਮੇਰੇ 'ਤੇ ਇਲਜ਼ਾਮ ਲਾਤਾ ਕਿ ਇਹ ਸਧਾਰਨ ਦੀ ਕਿ ਨੋਰਮਲ ਕਹਿਤਾ ਇਹਨੂੰ, ਠੀਕ ਹੈ। ਆਈ ਰਾਈਟ ਔਨ ਦੀਜ਼ ਇਸ਼ੂਜ਼ ਵੈਰੀ ਵੈਰੀ ਕੇਅਰਫੁਲੀ ਕਿ ਮੈਂ ਕਿਸੇ ਨੂੰ ਕੋਈ ਹੇਟਡ ਸ਼ਬਦ ਨਾ ਵਰਤ ਜਾਵਾਂ ਜੀ, ਮੈਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਮਜ਼ਾਕ ਨਾ ਕਰ ਜਾਵਾਂ, ਜਿੰਨੇ ਰੇਸ ਕ੍ਰੀਜ ਜਿੰਨੇ ਵੀ ਇਹ ਚੀਜ਼ਾਂ ਨੇ ਸਾਰੇ ਗਰੁੱਪਸ ਨੇ ਇਹ, ਆਈ ਸਟਿਲ ਰਿਸਪੈਕਟ ਦੈਮ ਜੀ, ਸਾਰੇ ਜਿੰਨੇ ਪਰਮਾਤਮਾ ਦੇ ਬਣਾਏ ਜੀ ਨੇ ਜੀ, ਮੈਂ ਉਹਨਾਂ ਦੀ ਦਾ ਸਤਿਕਾਰ ਕਰਦਾ ਹਾਂ, ਠੀਕ ਹੈ, ਸਭ ਰੱਬ ਦੇ ਬਣਾਏ ਨੇ ਇਹ ਜੀ, ਪਰ ਜਿਹੜੀ ਗੱਲ ਦੇ ਉੱਤੇ ਮੈਂ ਡਟਿਆ ਹੋਇਆ ਉਹ 'ਤੇ ਮੈਂ ਡਟਿਆ ਰਹਾਂਗਾ। ਪੇਰੈਂਟਸ ਦੇ ਰਾਈਟਸ ਦੀ ਗੱਲ ਹੈ ਕਿ ਬੱਚਿਆਂ ਨੂੰ ਕੀ ਪੜ੍ਹਾਇਆ ਜਾਣਾ ਆ, ਬੱਚਿਆਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਣਾ, ਇਹ ਰਾਈਟ ਜਿਹੜੇ ਆ ਪੇਰੈਂਟਸ ਦੇ ਨਹੀਂ ਖੋਏ ਜਾਣੇ ਚਾਹੀਦੇ ਗੇ। ਜੇ LGBTQ ਦੇ ਗਰੁੱਪਸ ਦੇ ਆਪਣੇ ਰਾਈਟਸ ਨੇ, ਔਰ ਜਿਹੜੇ ਸਟ੍ਰੇਟ ਲੋਕ ਨੇ ਉਹਨਾਂ ਦੇ ਵੀ ਆਪਣੇ ਰਾਈਟਸ ਨੇ, ਜੇ ਉਹ ਆਪਣੇ ਰਾਈਟਸ ਲਈ ਖੜ੍ਹਦੇ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ, ਮੈਂ ਆਪਣੇ ਰਾਈਟਸ ਲਈ ਖੜ੍ਹਾ ਹਾਂ ਜੀ, ਅਤੇ ਮੇਰਾ ਵੀ ਸਤਿਕਾਰ ਆ ਜਿਹੜਾ ਹੋਣਾ ਚਾਹੀਦਾ। ਸਰ ਗਰੇਵਾਲ ਸਾਹਿਬ, ਆਪਣੀ ਜਿਹੜੀ ਕਮਿਊਨਿਟੀ ਹੈ ਪੰਜਾਬੀ ਕਮਿਊਨਿਟੀ ਹੈ ਜੀ, ਤੁਹਾਡੇ ਇਲਾਕੇ 'ਚ ਵੀ ਬਹੁਤ ਸਾਰੇ ਪੰਜਾਬੀ ਪਰਿਵਾਰ ਹੈਗੇ ਨੇ ਜੀ, ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਸਟੈਂਡ ਹੈ ਜੀ? ਕਮਿਊਨਿਟੀ ਦਾ ਡਬਲ ਫੇਸ ਦੇਖਣ ਨੂੰ ਮਿਲ ਰਿਹਾ ਜੀ, ਕੁਝ ਲੋਕ ਇਸ ਵਿਸ਼ੇ ਦੇ ਉੱਤੇ ਵੱਖਰਾ ਪ੍ਰਤੀਕਰਮ ਰੱਖਦੇ ਨੇ, ਕੁਝ ਲੋਕ ਇਸ ਵਿਸ਼ੇ ਦੇ ਹੱਕ 'ਚ ਵੀ ਹੈਗੇ ਆ ਜੀ। ਆਪਣੇ ਤੇਜਵੀ ਤੁਗਾ ਜੀ ਜੀ, ਆਪਣੇ ਜਿਹੜੇ ਇਸ ਦੇ ਹੱਕ 'ਚ ਨੇ ਜੀ, ਮੈਜੋਰਿਟੀ ਲੋਕ ਉਹਨਾਂ 'ਚੋਂ ਦੋ ਪਾਰਟੀਆਂ ਨੂੰ ਬਿਲੋਂਗ ਕਰਦੇ ਨੇ ਜੀ, ਇੱਕ ਲਿਬਰਲ ਨੂੰ ਜੀ, ਇੱਕ NDP ਨੂੰ। ਲਿਬਰਲਸ ਅਤੇ NDP ਇਸ ਦੇ ਹੱਕ ਦੇ ਵਿੱਚ ਡਟ ਕੇ ਖੜ੍ਹਦੀ ਹੈ ਜੀ। ਕੰਜ਼ਰਵੇਟਿਵ ਪਾਰਟੀ ਸੇਮ ਅਪਰੋਚ ਜਿਹੜੀ ਮੈਂ ਅਪਣਾ ਰਿਹਾ ਵਾਂ ਕਿ ਠੀਕ ਹੈ ਤੁਸੀਂ ਠੀਕ ਹੋ ਸਾਨੂੰ ਵੀ ਠੀਕ ਰਹਿਣ ਦਿਓ ਜੀ, ਠੀਕ ਹੈ ਜੀ। ਹੁਣ ਲਿਬਰਲਸ ਦੇ ਜਿਨ੍ਹਾਂ ਦੇ ਨਿਆਣੇ, ਜਿਨ੍ਹਾਂ ਨੇ ਆਪਣੇ ਨਿਆਣੇ ਇਹਨਾਂ ਪਾਰਟੀਆਂ 'ਚ ਫਿੱਟ ਕੀਤੇ ਹੋਏ ਨੇ, ਉਹਨਾਂ ਦੇ ਜ਼ਬਾਨ ਨੂੰ ਜ਼ਿਆਦਾ ਤਾਲੇ ਲੱਗੇ ਹੋਏ ਨੇ, ਜਾਂ ਉਹਨਾਂ ਨੂੰ ਕਹਿ ਉਹ ਇਹਨੂੰ ਅੱਖਾਂ ਮੀਚ ਲੈਂਦੇ ਨੇ ਇਹੋ ਜਿਹੇ ਇਸ਼ੂ ਦੇ ਉੱਤੇ ਆ ਕੇ, ਭਾਵੇਂ ਉਹ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਨੇ, ਭਾਵੇਂ ਉਹ ਧਾਰਮਿਕ ਅਦਾਰਿਆਂ ਨਾਲ ਸੰਬੰਧਿਤ ਨੇ, ਜਾਂ ਉਹ ਦਿੱਖ ਪੁੱਖ ਦੇ ਵਿੱਚ ਧਾਰਮਿਕ ਬੰਦੇ ਨੇ, ਪਰ ਜਦੋਂ ਇਸ ਮੁੱਦੇ ਦੇ ਉੱਤੇ ਆਉਂਦੇ ਨੇ, ਕਿਉਂਕਿ ਉਹਨਾਂ ਦੇ ਇੰਟਰਸਟ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ। ਧਾਰਮਿਕ ਨੁਕਤਾ ਨਿਗਾਹ ਵਾਲੇ ਅਗਲਾ ਸਵਾਲ ਸੀ ਜੀ ਮੇਰਾ, ਧਾਰਮਿਕ ਨੁਕਤਾ ਨਿਗਾਹ ਦੇ ਨਾਲ ਦੇਖਿਆ ਜਾਵੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੇ ਜੀ, ਉਹਨਾਂ ਦਾ ਕੋਈ ਬਿਆਨ ਇਸ 'ਤੇ ਆ, ਕੀ ਸਮਝਦੇ ਹੋ ਤੁਸੀਂ? ਕੀ ਮੈਂ ਤੁਹਾਨੂੰ ਦੱਸ ਦਿੱਤਾ ਜੀ, ਤੁਸੀਂ ਮੈਨੂੰ ਦੱਸੋ ਕਿਸੇ ਗੁਰਦੁਆਰੇ ਦਾ ਨਾਂ ਲੈ ਕੇ ਗੱਲ ਕਰ ਦਿਓ, ਮੈਂ ਉਹਨੂੰ ਦੱਸ ਦੂੰਗਾ ਇਸ ਗੁਰਦੁਆਰੇ ਦੇ ਇੰਨੇ ਡਾਇਰੈਕਟਰਸ ਨੇ, ਆਹ ਬੰਦੇ ਨੇ, ਉਹਨਾਂ ਦੇ ਨਿਆਣੇ ਇੱਥੇ ਇੱਥੇ ਜੋਬਾਂ 'ਤੇ ਫਿੱਟ ਕੀਤੇ ਹੋਏ ਨੇ ਜੀ, ਮੈਂ ਦੱਸ ਦਾਂਗਾ ਤੁਹਾਨੂੰ, ਕੋਈ ਗੁਰਦੁਆਰੇ ਦਾ ਨਾਂ ਲੈ ਦਿਓ ਜੀ। ਜੀ, ਬੜੀ ਮਿਹਰਬਾਨੀ ਹੈ, ਜਾਂਦੇ ਜਾਂਦੇ ਜ਼ਰੂਰ ਜਾਣਕਾਰੀ ਦੇ ਦਿਓ ਕਿ ਤੁਸੀਂ ਅਜੇ ਵੀ ਇਲੈਕਸ਼ਨ ਦੇ ਵਿੱਚ ਹੋ, ਔਰ ਆਪਣਾ ਜਿਹੜਾ ਆਖਰੀ ਮੈਸੇਜ ਆ ਉਹ ਪਲੀਜ਼ ਜ਼ਰੂਰ ਦੇ ਦਿਓ। ਮੈਂ ਬਿਲਕੁਲ, ਔਰ ਇੱਕ ਮੈਂ ਜਿਹੜੀ ਅੰਟਾਰੀਓ ਗੁਰਦੁਆਰਾ ਕਮੇਟੀ ਦਾ ਸਟੈਂਡ ਪਿਛਲੀ ਵਾਰੀ 2005 ਦੇ ਵਿੱਚ ਸਪਸ਼ਟ ਰਿਹਾ, ਸੇਮ ਸੈਕਸ ਦੇ ਉੱਤੇ ਉਹ ਜ਼ਰੂਰ ਨਾਲ ਖੜ੍ਹੇ ਨੇ, ਔਰ ਉਹਨਾਂ ਦਾ ਕੋਈ ਨਿਆਣਾ ਵੀ ਲਿਬਰਲ ਜਾਂ NDP ਦੇ ਵਿੱਚ ਹੈ ਨਹੀਂ ਗਾ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜੀ, ਠੀਕ ਹੈ ਜੀ। ਬਾਕੀ ਜਿਹੜੇ ਆ ਤੁਸੀਂ ਹੁਣ ਆਪ ਦੇਖ ਲਿਓ, ਤੁਹਾਨੂੰ ਸਭ ਨੂੰ ਆਪ ਪਤਾ ਜਿਹੜੇ ਇਸ ਏਰੀਏ ਦੇ ਵਿੱਚ ਇਹ ਲੋਕ ਰਹਿੰਦੇ ਨੇ। ਅੱਜ ਵੀ ਮੈਂ ਸਤਿਕਾਰ ਕਰਦਾ ਮਾਲਟਨ ਗੁਰੂ ਘਰ ਦਾ, ਅੰਟਾਰੀਓ ਗੁਰਦੁਆਰਾ ਕਮੇਟੀ ਦਾ, ਜਿਹੜੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਸਮਝੀ, ਥੋਮਸ ਮਲਕੇਅਰ, ਔਰ ਜੇ ਜਸਟਿਨ ਟਰੂਡੋ ਟਵੀਟ ਕਰਦੇ ਨੇ, ਬਿਆਨ ਦਿੰਦੇ ਨੇ ਕਿ ਇਸ ਵਿਅਕਤੀ ਨੂੰ ਰਾਈਟ ਵੇ ਹਟਾਇਆ ਜਾਵੇ ਛੋਟੀ ਜਿਹੀ ਗੱਲ ਨੂੰ ਲੈ ਕੇ, ਤਾਂ ਉਹਨਾਂ ਨੂੰ ਪਤਾ ਕਿ ਇਸ ਵਿਅਕਤੀ ਕੋਲ ਓਪੀਨੀਅਨ ਬਿਲਡ ਕਰਨ ਦੀ ਤਾਕਤ ਹੈ, ਔਰ ਇਹਨਾਂ ਮੁੱਦਿਆਂ ਦੇ ਉੱਤੇ ਬੋਲਣ ਦੀ ਤਾਕਤ ਹੈ, ਔਰ ਮੈਂ ਬੋਲਿਆ ਲਿਖਿਆ, ਔਰ ਯੈਸ ਡਿਡ ਇਟ ਹਰਟ ਲਿਬਰਲ ਬ੍ਰੈਂਡ, ਆਈ ਵਿਲ ਸੇ ਯੈਸ ਇਟ ਡਿਡ ਹਰਟ ਦ ਲਿਬਰਲ ਬ੍ਰੈਂਡ ਵੈਨ ਆਈ ਟਾਕ ਔਨ ਦੀਸ ਇਸ਼ੂਜ਼ ਜੀ। ਬੜੀ ਮਿਹਰਬਾਨੀ ਗਰੋਲ ਸਾਹਿਬ, ਅਸੀਂ ਤੁਹਾਡੀ ਹਿੰਮਤ ਨੂੰ, ਤੁਹਾਡੇ ਜਜ਼ਬੇ ਨੂੰ ਦਾਦ ਦਿੰਦੇ ਹਾਂ, ਔਰ ਵੀ ਵਿਸ਼ ਵੈਰੀ ਗੁੱਡ ਲੱਕ। ਥੈਂਕ ਯੂ ਸੋ ਮਚ ਜੀ।
ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜਗਦੀਸ਼ ਗਰੇਵਾਲ ਉਹਨਾਂ ਦੇ ਨਾਲ ਕੀਤਾ ਗਿਆ ਜਿਹੜੇ ਮਿਸਾਗਾ ਮਾਲਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸਨ। ਹੁਣ ਇਸ ਵਕਤ ਆਪਣੇ ਬਲ ਬੂਤੇ ਦੇ ਉੱਤੇ ਆਪਣੀ ਦਿੱਖ ਦੇ ਉੱਤੇ ਆਪਣੀ ਪਛਾਣ ਦੇ ਉੱਤੇ ਆਪਣੇ ਕੀਤੇ ਗਏ ਕਮਿਊਨਿਟੀ ਦੇ ਜਿਹੜੇ ਪਿੱਛੇ ਲਗਾਤਾਰ 2-3 ਦਹਾਕਿਆਂ ਤੋਂ ਜਿਹੜੇ ਇਹਨਾਂ ਦੇ ਕੰਮ ਨੇ ਉਹਨਾਂ ਦੇ ਬਲ ਬੂਤੇ ਦੇ ਉੱਤੇ ਇਲੈਕਸ਼ਨ ਲੜੀ ਜਾ ਰਹੀ ਹੈ। ਇਹਨਾਂ ਨੇ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਕਿ ਹਜੇ ਵੀ ਇਸ ਇਲੈਕਸ਼ਨ ਦੇ ਵਿੱਚ ਰਨ ਕਰ ਰਹੇ ਨੇ, ਤੁਸੀਂ ਇਹਨਾਂ ਨੂੰ ਜੇ ਸਪੋਰਟ ਕਰਨਾ ਚਾਹੁੰਦੇ ਹੋ ਸਟਿਲ ਕਰ ਸਕਦੇ ਹੋ। ਇਹ ਬੜੇ ਨਾਜ਼ੁਕ ਵਿਸ਼ਿਆਂ ਦੇ ਉੱਤੇ ਇਹਨਾਂ ਨੇ ਹੁਣ ਤੱਕ ਆਪਣੀਆਂ ਸੰਪਾਦਕੀਆਂ ਲਿਖੀਆਂ ਨੇ ਆਪਣੇ ਮੀਡੀਆ ਜ਼ਰੀਏ, ਆਪਣੇ ਰੇਡੀਓ ਜ਼ਰੀਏ ਜਾਂ ਫਿਰ ਆਪਣੇ ਅਖਬਾਰ ਜ਼ਰੀਏ। ਇਹਨਾਂ ਨੇ ਬੜੇ ਬਹੁਤ ਹੀ ਸੈਂਸਿਟਿਵ ਇਸ਼ੂਜ਼ ਨੇ ਜੀ ਉਹਨਾਂ ਦੇ ਉੱਤੇ ਲਿਖਿਆ ਹੈ। ਔਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ, ਤੁਸੀਂ ਇਹਦੇ ਬਾਰੇ ਜ਼ਰੂਰ ਆਪਣੇ ਸੁਝਾਅ ਸਾਨੂੰ ਈਮੇਲ ਕਰ ਸਕਦੇ ਹੋ। ਅਗਲੇ ਹਫ਼ਤੇ ਆਪਾਂ ਕਿਸੇ ਹੋਰ ਖਾਸ ਵਿਸ਼ੇ ਦੇ ਉੱਤੇ ਖਾਸ ਮਹਿਮਾਨਾਂ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇ ਦਿਓ ਆਗਿਆ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। This program is brought to you by Crown Immigration. Family sponsorships and appeals vaste ikko parose job na chete rakho. The SBM Ayur Products.com feel the divine touch.